ਲੋਕਾਂ ਦੇ ਵਿੱਚ ਲੱਗਣਾ ਨਾ ਜੀ ਇੱਥੇ ਬਾਬੇ ਝਾੜ ਵਾਲੇ ਕੋਲ ਆਉਣਾ ਤੁਸੀਂ ਅੱਗੇ ਬਾਹਰ ਨਿਕਲ ਆਉਣਾ ਜਿਹੜੀ ਸੜਕ ਕਾਬਲੇ ਪੀ ਜਾਂਦੀ ਹੈ ਕਾਬਲੇ ਵਾਲੇ ਪਾਸੇ ਮੁੜਨਾ ਸੇਮ ਟੱਪੋਗੇ ਨਾ ਜੀ ਗੱਲੀ ਸ਼ੇਖ ਸਾਹਿਬ ਅਸਲਾਮ ਅਲੈਕੁਮ ਸਲਾਮ ਅੱਛਾ ਜਨਾਬ ਵਹਿਰ ਦਿਖਾ ਰਹੇ ਹੋ ਤੁਸੀਂ ਇਹ ਵਹਿਰ ਦਿਖਾ ਰਹੇ ਹਾਂ ਜੀ ਇਹ ਵਹਿਰ ਜਨਾਬੇ ਲਈ ਫਰੀਜੀਅਨ ਅਤੇ ਜਰਸਨ ਕਰਾਸ ਠੀਕ ਹੋ ਗਿਆ ਜਨਾਬ ਖੂਨ ਬਹੁਤ ਅੱਛੇ ਜੀ ਬਹੁਤ ਚੰਗੀ ਜਿਤਣੀ ਆਖੀਏ ਪਹਿਲਣ ਵਹਿਣ ਜੋ ਤਗੋ ਨਸੀਬ ਨਾਲ ਪਾਉਣਾ ਤਾਂ ਲੈਣਾ ਜਿਹੜੀ ਇਹਦੀ ਨਸਲ ਹੈ ਇਹਦਾ ਹੱਕ ਹੈ 27-28 ਸਿਰ ਦੁੱਧ ਦੇਣਾ ਜੋ ਨਸਲ ਹੈ ਅੱਗੋਂ ਨਸੀਬ ਦੀ ਗੱਲ ਕਸ਼ ਪਾਉਣੀ ਅਤੇ ਦੁੱਧ ਲੈਣਾ ਅਤੇ ਕੀਮਤ ਦੀ ਉੱਕਾ ਮੁਨਾਸਿਬ ਦੀ ਮਗਾ ਦੇ 3 ਲੱਖ ਰੁਪਏ ਜੀ ਠੀਕ ਹੋ ਜਨਾਬ ਅਤੇ ਪੈਨਲ ਦੀ ਜਿੱਥੇ ਦੇ ਦੇਣੀ ਹੈ ਛੋਟੀ ਜਿਹੀ ਗੱਲ 2,60,000 ਰੁਪਏ ਜਨਾਬ ਅਤੇ ਕਿੰਨੇ ਕੁ ਦਿਨ ਕੱਢਦੀ ਸੋਨੇ ਵਿੱਚੋਂ ਕੰਮ ਸੋ ਕੰਮ ਹਫ਼ਤੇ ਕੱਢ ਤੱਕ ਲੈ ਠੀਕ ਹੋ ਜਨਾਬ ਮੈਂ ਉੱਠ ਨਹੀਂ ਸਕਦੀ ਖਲੋ ਕੇ ਸੋਣਾ ਅੱਲਾਹ ਪਾਕ ਕਿਤੜੇ ਬਣਨਾ ਜਿਹੜੀ ਇਹਦਾ ਜਨਾਬ ਸਾਡੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ ਸਰਗੋਧੇ ਦਾ ਛੋਟਾ ਜਿਹਾ ਸ਼ਹਿਰ ਹੈ ਜਨਾਬ ਜਾਵਰੀਆਂ ਜਾਵਰੀਆਂ ਤੋਂ 3 ਕਿਲੋਮੀਟਰ ਫਾਸਲੇ 'ਤੇ ਸਾਡਾ ਗਾਓ ਹੈ ਜਨਾਬ ਹਾਯਾਤਪੁਰ ਰਾਬਤਾ ਨੰਬਰ ਹੈ ਜਨਾਬ ਹਾਜੀ ਮੁਹੰਮਦ ਅਸਲਮ ਬੜੈਚ 0341-692-3205 0399-63-690 ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਮਵੇਸ਼ੀ ਮੰਡੀ ਚੈਨਲ ਜ਼ਰੂਰ ਲਾਇਕ ਕਰਿਆ ਕਰੋ ਹਰ ਵਕਤ ਜਿਹੜਾ ਵੀ ਡੰਗਰ ਨਵਾਂ ਆਉਂਦਾ ਹੈ ਅੱਛਾ ਹੁੰਦਾ ਹੈ ਦਰਮਿਆਨਾ ਆਉਂਦਾ ਹੈ ਨਵੇਂ ਤੋਂ ਨਵਾਂ ਤੁਹਾਨੂੰ ਜਾਨਵਰ ਦੇਖਣ ਨੂੰ ਮਿਲੇਗਾ ਖਰੀਦਣ ਨੂੰ ਮਿਲੇਗਾ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ ਸਾਊਗੇ ਖੁਆਇਸ਼ ਹੈ ਹੈਂ ਕਰਮਾਲੀ ਗਾਮ ਹੈ ਸਾਊ ਮਾਸ਼ਾਅੱਲਾ ਬਲਕਿ ਉਹ ਤੇਰੀ